2024 ਦੀਆਂ ਜ਼ਿਮਨੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਟਿਕਟਾਂ ਦੀ ਵੰਡ ਦਾ ਐਲਾਨ ਵੀ ਹੋਣਾ ਸ਼ੁਰੂ ਹੋ ਚੁੱਕਾ ਹੈ। ਇਸ ਵੇਲੇ ਭਾਜਪਾ ਦੇ ਸ਼ੀਤਲ ਗੁਰਾਲ ਨੂੰ ਟਿਕਟ ਨਾਲ ਨਵਾਜ਼ਿਆ ਗਿਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ। ਸਾਡੇ ਨਾਲ ਮੌਜੂਦ ਹੈਗੇ ਨੇ, ਗੱਲਬਾਤ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਮਹਿੰਦਰ ਭਗਤ ਜੀ ਨਾਲ ਪਾਰਟੀ ਵੱਲੋਂ ਤੁਹਾਨੂੰ ਟਿਕਟ ਨਾਲ ਨਵਾਜ਼ਿਆ ਗਿਆ, ਪਹਿਲਾਂ ਬਹੁਤ ਬਹੁਤ ਮੁਬਾਰਕ। ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਦਾ, ਮੈਂ ਬਹੁਤ ਧੰਨਵਾਦ ਕਰਨਾ। ਤੁਸੀਂ ਆ ਕੇ ਮੇਰੇ ਵਿਚਾਰ ਜਾਣੇ ਚਾਹੀਦੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੀ ਸਟ੍ਰੈਟਜੀ ਰਹੇਗੀ, ਕਿਉਂਕਿ ਪਿਛਲੀ ਦਫਾ ਵੀ ਚੋਣਾਂ ਲੜੀਆਂ, ਕਿਉਂਕਿ ਉਦੋਂ ਪਾਰਟੀ ਹੋਰ ਸੀ, ਚਿਹਰੇ ਉਹੀ ਹੈ। ਤੁਸੀਂ ਪਿਛਲੀ ਵਾਰ ਭਾਜਪਾ ਤੋਂ ਚੋਣ ਲੜੀ ਸੀਗੀ, ਇਸ ਵਾਰ ਆਮ ਆਦਮੀ ਪਾਰਟੀ ਤੋਂ, ਤਾਂ ਸ਼ੀਤਲ ਉਮਰਾਲ ਪਿਛਲੀ ਵਾਰ ਆਮ ਆਦਮੀ ਤੋਂ ਸੀਗੇ ਤੇ ਹੁਣ ਉਹ ਭਾਜਪਾ ਤੋਂ। ਦੇਖੋ, ਜੋ ਵੀ ਆਦਮੀ ਜਿਸ ਵੀ ਪਾਰਟੀ 'ਚ ਹੁੰਦਾ ਹੈਗਾ, ਉਹ ਮੌਜੂਦਾ ਹਾਲਾਤ ਦੇ ਮੁਤਾਬਕ ਆਪਣਾ ਜੋ ਹੈ ਕੰਮ ਕਰਦਾ ਹੈ। ਅੱਜ ਮੈਂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹਾਂ, ਇੱਕ ਵਲੰਟੀਅਰ ਹਾਂ, ਔਰ ਮੈਨੂੰ ਆਮ ਆਦਮੀ ਪਾਰਟੀ ਨੇ MLA ਦੀ ਸੀਟ ਦੇ ਕੇ ਜਿੰਦਰ ਵੈਸ ਤੋਂ ਨਵਾਜਿਆ ਹੈ। ਮੈਂ ਹਾਈਕਮਾਂਡ ਦਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ, ਜੋ ਸਾਡੇ ਸੁਪਰੀਮੋ ਹਨ ਔਰ ਦਿੱਲੀ ਦੇ ਮੁੱਖ ਮੰਤਰੀ ਹਨ, ਉਹਨਾਂ ਦੇ ਨਾਲ ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹਦੇ ਨਾਲ ਸਾਡੇ ਡਾਕਟਰ ਸੰਦੀਪ ਪਾਠਕ ਜੀ, ਸਾਡੇ ਬਹੁਤ ਸਤਿਕਾਰਯੋਗ ਨੇ ਨੈਸ਼ਨਲ ਜਨਰਲ ਸੈਕਟਰੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਹੈ। ਔਰ ਮੈਂ ਉਹਨਾਂ ਨੂੰ ਭਰੋਸਾ ਵੀ ਦਵਾਉਂਦਾ ਹਾਂ, ਤੁਸੀਂ ਮੇਰੇ 'ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ ਔਰ ਮੈਂ ਤੁਹਾਡੇ ਵਿਸ਼ਵਾਸ ਦੇ ਉੱਪਰ ਪੂਰਾ ਉਤਰਾਂਗਾ। ਔਰ ਜਲੰਧਰ ਵੈਸਟ ਦੀ ਜੋ ਸੀਟ ਹੈ, ਭਾਰੀ ਬਹੁਮਤ ਜਿੱਤਾਂਗੇ ਔਰ ਮੈਂ ਸਾਰੇ ਵਲੰਟੀਅਰਸ ਨੂੰ, ਸਾਰੇ ਲੀਡਰ ਸਾਹਿਬਾਨ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਇਹਦਾ ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕਰਾਂਗੇ ਔਰ ਜਿੱਤਾਂਗੇ। ਇੱਕ ਇਹਨਾਂ ਚੋਣਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਘਰ ਲਿਆ ਗਿਆ ਜਲੰਧਰ ਦੇ ਵਿੱਚ, ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ, ਕਿੰਨਾ ਕੁ ਹੁੰਗਾਰਾ ਮਿਲੇਗਾ? ਦੇਖੋ, ਜਦੋਂ ਵੀ ਇਲੈਕਸ਼ਨ ਹੁੰਦਾ ਹੈ, ਸਾਰੀਆਂ ਪਾਰਟੀਆਂ ਜੋ ਹਨ, ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਆਪਣੇ ਉਮੀਦਵਾਰਾਂ ਵਾਸਤੇ ਆ ਕੇ ਪ੍ਰਚਾਰ ਕਰਦੇ ਨੇ, ਸਪੋਰਟ ਕਰਦੇ ਨੇ। ਉੱਦਾਂ ਹੀ ਮਤਲਬ ਕਿ CM ਸਾਹਿਬ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਔਰ ਨਾਲ ਮੁੱਖ ਮੰਤਰੀ ਪੰਜਾਬ ਨੇ, ਹੈੱਡ ਆਫ ਦਾ ਫੈਮਿਲੀ ਨੇ। ਉਹਦਾ ਫਰਜ਼ ਬਣਦਾ ਜਦੋਂ ਵੀ ਕੋਈ ਮਤਲਬ ਕਿ ਇਲੈਕਸ਼ਨ ਲੜ ਰਿਹਾ, ਜਦੋਂ ਇਲੈਕਸ਼ਨ ਹੋ ਰਹੇ ਨੇ, ਉਹਦਾ ਸਹਿਯੋਗ ਕਰਨਾ, ਉਹਦਾ ਪ੍ਰਚਾਰ ਕਰਨਾ, ਇਹ ਸੁਭਾਵਿਕ ਹੈ। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਮੇਰੇ ਨਿਮਾਣੇ ਜੇ ਇਨਸਾਨ ਵਾਸਤੇ ਇਤਨੀ ਵੱਡੀ ਪਰਸਨੈਲਿਟੀ, ਮੁੱਖ ਮੰਤਰੀ ਪੰਜਾਬ ਸਰਕਾਰ ਆ ਕੇ ਮੇਰੇ ਲਈ ਪ੍ਰਚਾਰ ਕਰਨਗੇ। ਮੈਂ ਉਹਦਾ ਬਹੁਤ ਬਹੁਤ ਰਿਣੀ ਹਾਂ ਕਿ ਜਿਨ੍ਹਾਂ ਨੇ ਮੇਰੇ ਵਾਸਤੇ ਇੰਨਾ ਪ੍ਰਯਾਸ ਕਰਨ ਜਾ ਰਹੇ ਨੇ। ਇਹ ਵੀ ਆਪਾਂ ਸੋਚ ਸਕਦੇ ਕਿ ਜਿਹੜੀਆਂ ਚੋਣਾਂ ਹੈਗੀਆਂ ਉਸ ਨੂੰ ਲੈ ਕੇ ਵੀ ਤਾਂ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਜਾਂ ਪੰਜਾਬ ਦੀ ਸਿਆਸਤ ਹੁਣ ਜਲੰਧਰ ਤੋਂ ਚੱਲਦੀ ਹੋਈ ਨਜ਼ਰ ਆਏਗੀ? ਨਹੀਂ, ਇਹਦੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ। ਜਲੰਧਰ ਵੈਸਟ ਵਿੱਚ ਇਲੈਕਸ਼ਨ ਹੋ ਰਹੇ ਨੇ ਤੇ ਉੱਥੇ ਇਲੈਕਸ਼ਨ ਹੋਣੇ ਨੇ, ਉੱਥੇ ਪ੍ਰਚਾਰ ਹੋਣਾ, ਉੱਥੇ ਸਾਰੇ ਜਲਸੇ ਹੋਣੇ ਨੇ, ਮੀਟਿੰਗਾਂ ਹੋਣੀਆਂ ਨੇ, ਉੱਥੇ ਲੀਡਰ ਸਾਹਿਬਾਨ ਆਉਣੇ ਨੇ। ਤੋ ਨੈਚੁਰਲੀ ਉੱਥੇ ਸਾਰਾ ਜੋ ਵੀ ਕੰਮ ਹੋਏਗਾ ਇੱਥੇ ਹੋਏਗਾ। ਸਾਰੇ ਲੀਡਰ ਇੱਥੇ, ਸਾਰੀਆਂ ਪਾਰਟੀਆਂ ਦੇਣਗੇ, ਆਪਣੇ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨਗੇ। ਜਨਤਾ ਬਹੁਤ ਸਿਆਣੀ ਹੈਗੀ ਹੈ, ਜਨਤਾ ਨੂੰ ਪਤਾ ਹੈਗਾ। ਜਨਤਾ ਦੇਖੋ ਕਿ ਇੱਥੇ ਜੋ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ, ਉਹੀ ਉਮੀਦਵਾਰ ਜਿਹੜਾ ਕਿ ਪਹਿਲਾਂ ਵਿਧਾਨ ਸਭਾ 'ਚੋਂ ਆਪਣੀ ਜ਼ਮਾਨਤ ਜ਼ਬਤ ਕਰਾ ਬੈਠਾ, ਇਤਨਾ ਉਹਦਾ ਮਤਲਬ ਰਿਜ਼ਲਟ ਨਿਕਲਿਆ ਮਾੜਾ, ਔਰ ਅੱਜ ਜੋ ਮੈਂਬਰ ਪਾਰਲੀਮੈਂਟ ਬਣ ਕੇ ਚਲਾ ਗਿਆ। ਕਿਉਂਕਿ ਲੋਕ ਸਭਾ ਦਾ, ਵਿਧਾਨ ਸਭਾ ਦਾ ਇਲੈਕਸ਼ਨ ਦਾ ਬਹੁਤ ਆਪਸ 'ਚ ਫਰਕ ਹੈਗਾ। ਹੁਣ ਵਿਧਾਨ ਸਭਾ ਦਾ ਇਲੈਕਸ਼ਨ ਹੈਗਾ, ਹੁਣ ਜਨਤਾ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਹੈਗੀ ਹੈ, ਅਗਰ ਉਹਦਾ ਵਿਧਾਇਕ ਹੋਏਗਾ, MLA ਹੋਏਗਾ, ਸਾਡੇ ਕੰਮ ਉਹ ਹੀ ਕਰਾ ਸਕਦਾ, ਕੇਵਲ ਤਾਂ ਕੇਵਲ। ਇਸ ਕਰਕੇ ਸਾਰੇ ਲੋਕਾਂ ਨੇ, ਸਾਰੀ ਜਨਤਾ ਨੇ ਵੋਟ ਜੋ ਹੈ ਐਤਕੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਏਗੀ ਔਰ ਮੈਨੂੰ ਆਸ਼ੀਰਵਾਦ ਦੇਵੇਗੀ। ਔਰ ਮੈਂ ਵਾਅਦਾ ਕਰਨਾ ਜਨਤਾ ਦੇ ਨਾਲ ਕਿ ਮੈਂ ਉਹਨਾਂ ਦੀਆਂ ਜਿੰਨੀਆਂ ਵੀ ਸਮੱਸਿਆ ਹਨ, ਚਾਹੇ ਸੀਵਰੇਜ ਹੈ, ਚਾਹੇ ਵਾਟਰ ਸਪਲਾਈ ਹੈ, ਚਾਹੇ ਸਟਰੀਟ ਲਾਈਟ ਹੈ, ਸਾਰੀਆਂ ਪੂਰੀਆਂ ਕਰਾਂਗਾ ਔਰ
ਆਉਣ ਵਾਲੇ ਸਮੇਂ 'ਚ ਅਸੀਂ ਇਸ ਤੋਂ ਜ਼ਿਆਦਾ ਹੋਰ ਵਿਕਾਸ ਕਰਾਂਗੇ, ਕਿਉਂਕਿ ਪਹਿਲਾਂ ਵੀ ਸਰਕਾਰ ਨੇ 43,000 ਨੌਕਰੀਆਂ ਦਿੱਤੀਆਂ ਹਨ, ਮੁਹੱਲਾ ਕਲੀਨਿਕ ਕਰਵਾਏ 800 ਦੇ ਉੱਪਰ, ਉਹਦੇ ਨਾਲ ਜੋ ਹੈ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ, ਫ੍ਰੀ ਸਕੂਲ, ਵਧੀਆ ਐਟਮੋਸਫੇਅਰ ਦੇ ਰਹੇ ਹਾਂ ਲੋਕਾਂ ਨੂੰ, ਲੋਕ ਬਹੁਤ ਖੁਸ਼ ਹੈਗੇ ਨੇ। ਚੁਣਾਵੀ ਮਾਹੌਲ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ। ਵਿਰੋਧੀ ਇਲਜ਼ਾਮ ਲਗਾ ਰਹੇ ਨੇ ਕਿ ਮਹਿੰਦਰ ਭਗਤ ਕਰੋੜਾਪਤੀ ਹੈ, ਅਰਬਾਪਤੀ ਹੈ, ਉਹਨਾਂ ਦੇ ਜਿਹੜਾ ਬੰਗਲਾ ਹੈਗਾ, ਕੋਠੀ ਹੈਗੀ ਆ, ਉੱਥੇ ਗਰੀਬ ਆਦਮੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਦੇਖੋ, ਮੈਨੂੰ ਤਾਂ ਬੜੀ ਹੈਰਾਨੀ ਹੈਗੀ ਹੈ ਕਿ ਜਿਹੜਾ ਆਦਮੀ, ਕੋਈ ਵੀ ਆਦਮੀ ਜਿਹਦੇ ਨਾਲ ਗੱਲਾਂ ਕਰ ਰਿਹਾ ਹੈਗਾ, ਉਹ ਦੇਖੋ ਉਹ ਗੱਲ ਸਾਡੇ ਬਾਰੇ ਤਾਂ ਕਰਨ ਜੇ ਲੋਕਾਂ ਨੂੰ ਪਤਾ ਨਾ ਹੋਏ। ਅਸੀਂ 25 ਸਾਲ ਤੋਂ ਜਲੰਧਰ JP ਨਗਰ 'ਚ ਰਹਿ ਰਹੇ ਹੈਗੇ ਹਾਂ, ਠੀਕ ਹੈ, ਈਵਨ 97 ਤੋਂ ਲੈ ਕੇ 27-28 ਸਾਲ ਤੋਂ 30 ਸਾਲ ਰਹਿ ਰਹੇ ਹਾਂ। ਅਗਰ ਉਹਨਾਂ ਨੂੰ ਪਹਿਲੇ ਇੱਥੇ ਸਾਡਾ ਹਮੇਸ਼ਾ, ਪਹਿਲੀ ਗੱਲ, ਸਾਡੇ ਘਰ 'ਚ ਡੋਗ ਰੱਖਣ ਦਾ ਕੋਈ ਫੈਸ਼ਨ ਨਹੀਂ ਹੈਗਾ, ਸਾਡੇ ਘਰ 'ਚ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ, ਅਸੀਂ ਕਦੇ ਕੁੰਡੀ ਨਹੀਂ ਮਾਰੀ, ਦਰਵਾਜ਼ਾ ਜਿਹੜਾ ਹੈਗਾ ਜਦੋਂ ਮਰਜ਼ੀ ਲੋਕ ਆਉਂਦੇ ਨੇ, ਨਾਲੇ ਪਹਿਲਾਂ ਲੋਕ ਆਉਂਦੇ ਰਹੇ ਨੇ, ਕੋਈ ਨਵੀਂ ਗੱਲ ਨਹੀਂ, ਲੋਕਾਂ ਝੂਠੀਆਂ ਫਾਂ ਫੈਲਾਉਣ ਨਾਲ ਲੋਕ ਨਹੀਂ ਮੰਨਦੇ, ਲੋਕਾਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਅਸੀਂ ਜਾਂਦੇ ਰਹੇ ਹਾਂ ਇੰਨੇ ਸਾਲਾਂ ਤੋਂ, ਅੱਜ ਵੀ ਇਲੈਕਸ਼ਨ ਦਾ, ਅੱਜ ਇਲੈਕਸ਼ਨ 'ਤੇ ਮੈਂ ਹੁਣ ਲੜਨ ਲੱਗਿਆ, ਪਰ ਇਸ ਤੋਂ ਪਹਿਲਾਂ ਵੀ ਜੋ ਹੈ ਸਾਰੇ ਮਤਲਬ ਸਾਡੇ ਕੋਲ ਆਉਂਦੇ ਨੇ। ਸਾਡਾ ਨੋਰਮਲ ਘਰ ਹੈਗਾ, ਮੇਰਾ ਖਿਆਲ ਹੈ ਕਿ ਸਾਡਾ ਘਰ ਕੋਈ ਖਾਸ ਘਰ ਨਹੀਂ, ਨੋਰਮਲ ਘਰ ਹੈ, ਅਸੀਂ ਮਜ਼ਦੂਰ ਕਰਦੇ ਹੋਏ ਆਪਣੇ ਅਚੀਵਮੈਂਟ ਕੀਤੀਆਂ ਨੇ, ਅਸੀਂ ਕੋਈ ਕੰਮ ਕਰਨੇ ਆ, ਕਾਰੋਬਾਰ ਕਰਨੇ ਆ, ਕਾਰੋਬਾਰ ਕਰਨ ਦਾ ਹਰ ਇਨਸਾਨ ਨੂੰ ਹੱਕ ਹੈਗਾ, ਅਸੀਂ ਜੋ ਕਮਾਉਂਦੇ ਹਾਂ ਉਹਦੇ ਬਦਲੇ ਟੈਕਸ ਦਿੰਦੇ ਹਾਂ, ਸਾਡੇ ਕੋਲ ਜੋ ਕੁਛ ਹੈਗਾ, ਮੇਰੇ ਉਹ ਜਿਹੜਾ ਡਿਕਲੇਰੇਸ਼ਨ ਫਾਰਮ ਹੋਣਾ ਸਭ ਕੁਛ ਦਿੱਤਾ ਹੋਣਾ, ਇਸ ਕਰਕੇ ਇਹ ਹੈਗਾ ਗਲਤ ਪ੍ਰੋਪੋਗੰਡਾ ਕਰਨਾ, ਗਲਤ ਗੱਲਾਂ ਕਰਨੀਆਂ ਉਹ ਲੋਕੀ ਕਰਦੇ ਨੇ ਜਿਹਨਾਂ ਲੋਕਾਂ ਦੀ ਸੋਚ ਛੋਟੀ ਹੁੰਦੀ ਹੈ। ਕਹਿ ਰਹੇ ਨੇ ਕਿ ਮੋਟੀ ਰਕਮ ਦੇ ਕੇ ਟਿਕਟ ਖਰੀਦੀ ਗਈ ਹੈ, ਇਹਦੇ ਇਹ ਵੀ ਇਲਜ਼ਾਮ ਲੱਗ ਰਹੇ ਨੇ। ਦੇਖੋ ਤੇ ਪਹਿਲਾਂ ਉਹਨੂੰ ਪੁੱਛਣਾ ਚਾਹੀਦਾ ਸਵਾਲ ਕਿ ਕਿਆ ਉਸਨੇ ਮੋਟੀ ਰਕਮ ਦਿੱਤੀ ਸੀ ਜਦੋਂ ਉਹਨੂੰ ਟਿਕਟ ਮਿਲੀ ਸੀ। ਪਹਿਲਾ ਸਵਾਲ ਤੁਸੀਂ ਉਹਨੂੰ ਕਰਨਾ ਸੀ ਕਿ ਕਿਆ ਤੂੰ ਟਿਕਟ ਲੈਣ ਲੱਗਿਆ ਮੋਟੀ ਰਕਮ, ਮੈਂ ਗਰੀਬ ਬੰਦਾ, ਮੇਰੇ ਕੋਲ ਪੈਸੇ ਹੀ ਨਹੀਂ ਮੋਟੀ ਨਹੀਂ, ਪਰ ਉਹਨੇ ਜਦੋਂ ਟਿਕਟ ਦਿੱਤੀ ਸੀ ਉਹਨੇ ਲਈ ਸੀ ਤੇ ਟਿਕਟ ਉੱਤੇ ਪੈਸੇ ਦਿੱਤੇ ਹਨ। ਜੇ ਸਾਡੀ ਆਮ ਆਦਮੀ ਪਾਰਟੀ ਜਿਹੜੀ ਹੈ ਪੈਸੇ ਦਾ ਟਿਕਟਾਂ ਨਹੀਂ ਦਿੰਦੀ ਹੈਗੀ, ਔਰ ਨਾ ਅਸੀਂ ਪੈਸਾ ਦਿੱਤਾ, ਨਾ ਸਾਡੀ ਪਾਰਟੀ ਲੈਂਦੀ ਹੈ, ਸਾਡੀ ਪਾਰਟੀ ਇਮਾਨਦਾਰ ਹੈ। ਭਗਵੰਤ ਸਿੰਘ ਮਾਨ ਸਾਡੇ CM ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਉੱਪਰ ਕਿਸੇ ਨੇ ਸੱਚਾ ਕਿ ਝੂਠਾ ਇਲਜ਼ਾਮ ਵੀ ਨਹੀਂ ਅੱਜ ਤੱਕ ਲਗਾਇਆ ਕਿ ਇਹਨਾਂ ਨੇ ਕਰਪਸ਼ਨ ਕੀਤੀ ਹੈ। ਸਾਨੂੰ ਇਸ ਗੱਲ ਦਾ ਮਾਣ ਹੈ, ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਐਸੇ ਮੁੱਖ ਮੰਤਰੀ ਦੇ ਨਾਲ ਕੰਮ ਕਰ ਰਹੇ ਹਾਂ ਜਿਨ੍ਹਾਂ ਦੇ ਉੱਪਰ ਕੋਈ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈਗਾ। ਭਗਤ ਜੀ, ਇੱਕ ਲਾਸਟ ਸਵਾਲ ਹੈਗਾ, ਜਿੱਤ ਜਾਂਦੇ ਹੋ ਜੋ ਜਿਮਨੀ ਚੋਣਾਂ ਤੁਸੀਂ ਜਿੱਤ ਜਾਂਦੇ ਹੋ, ਪਹਿਲੇ 5 ਕੰਮ ਕਿਹੜੇ ਨੇ ਜਿਹੜੇ ਵੈਸਟ ਦੇ ਹਲਕੇ ਦੇ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣੇ? ਦੇਖੋ ਕਿ ਆਮ ਜਨਤਾ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਹੈ ਕਿ ਸਾਡੀਆਂ ਉਹਦੀਆਂ ਮੁੱਢਲੀਆਂ ਲੋੜਾਂ ਹੈ ਨੇ, ਚਾਹੇ ਸੀਵਰੇਜ ਹੈ, ਚਾਹੇ ਵਾਟਰ ਸਪਲਾਈ ਹੈ, ਚਾਹੇ ਸਟਰੀਟ ਲਾਈਟ ਹੈ, ਚਾਹੇ ਸੜਕਾਂ ਹਨ, ਸਫਾਈ ਹੈ, ਉਹਨਾਂ ਦੇ ਪਹਿਲਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ। ਉਹਦੇ ਬਾਅਦ ਜੋ ਹੈਲਥ ਦਾ ਸਿਸਟਮ ਹੈ ਉਹਨੂੰ ਹੋਰ ਸੁਧਾਰਿਆ ਜਾਵੇ, ਜਿੱਦਾਂ ਮੰਨ ਲਓ ਸਿਵਲ ਹਸਪਤਾਲ ਹੈਗਾ, ਉੱਥੇ ਸੁਣਵਾਈ ਹੋਵੇ, ਉੱਥੇ ਵਧੀਆ ਸਟੇਟਸ ਹੋਵੇ, ਉੱਥੇ ਐਟਮੋਸਫੇਅਰ ਵਧੀਆ ਹੋਵੇ, ਲੋਕ ਜਾਣ ਅਤੇ ਉਹਨਾਂ ਦਾ ਇਲਾਜ, ਪ੍ਰਾਈਵੇਟ ਹਸਪਤਾਲ 'ਚ ਲੋਕਾਂ ਨੂੰ ਜਾਣ ਦੀ ਲੋੜ ਨਹੀਂ ਪੈਣੀ ਚਾਹੀਦੀ, ਕਿਉਂਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਬਹੁਤ ਮਹਿੰਗਾ ਹੈਗਾ। ਇਸ ਕਰਕੇ ਜੋ ਹੈ ਉਹਦੇ ਉੱਪਰ ਜ਼ੋਰ ਦਿੱਤਾ ਜਾਵੇਗਾ, ਉਹਦੇ ਨਾਲ ਨਾਲ ਜੋ ਐਜੂਕੇਸ਼ਨ ਸਿਸਟਮ ਹੈ ਜੋ ਹੈ ਬੜਾ ਵਧੀਆ ਹੈ, ਪਰ ਉਸਨੂੰ ਹੋਰ ਸੁਧਾਰਿਆ ਜਾਵੇਗਾ ਤਾਂ ਕਿ ਜੋ ਕੰਮ ਕੀਤੇ ਜਾਣਗੇ, ਔਰ ਉਹਦੇ ਇਲਾਵਾ ਨੌਕਰੀਆਂ, ਇੰਪਲਾਇਮੈਂਟ ਜੋ ਹੈ ਉਹਨੂੰ ਵਧਾਇਆ ਜਾਏਗਾ, ਲੋਕਾਂ ਦੀਆਂ ਜਿਹੜੀਆਂ ਸਾਰੀਆਂ ਮਨੋਕਾਮਨਾ ਨੇ, ਜੋ ਸੋਚਿਆ ਇੰਡਸਟਰੀ ਦੇ ਐਸੇ ਹਾਲਾਤ ਬਣਾਓ ਕਿ ਇੰਡਸਟਰੀ ਲੱਗੇ, ਜਿਹੜੀ ਲੱਗੀ ਹੈ ਉਹ ਪ੍ਰਫੁੱਲਿਤ ਹੋਵੇ ਉਹਨਾਂ ਦੀ ਲੋੜਾਂ ਨੂੰ ਪੂਰਾ ਕਰਨ ਵਾਸਤੇ, ਕਿਉਂਕਿ ਕਿਸੇ ਵੀ ਸਟੇਟ ਦੀ ਵਿਕਾਸ ਦਾ ਅਗਰ ਕੋਈ ਪੈਰਾਮੀਟਰ ਹੈ, ਅਗਰ ਇੰਡਸਟਰੀ ਤੁਹਾਡੀ ਵਧੀਆ ਹੈ, ਇੰਡਸਟਰੀ ਅੱਛੀ ਹੈ, ਤੁਹਾਡਾ ਸਟੇਟ ਅੱਛਾ ਹੈ। ਸੋ ਇਹ ਸਨ ਮਹਿੰਦਰ ਭਗਤ, ਔਰ 10 ਤਰੀਕ ਨੂੰ ਜਲੰਧਰ ਦੇ ਵੈਸਟ
ਦੀਆਂ ਦੇ ਲੋਕਾਂ ਨੇ ਚੋਣਾਂ ਵਿੱਚ ਵੋਟਾਂ ਪਾਉਣੀਆਂ, ਆਪਣੇ ਮਤਦਾਨ ਦਾਨ ਕਰਨਾ ਹੈ, ਅਤੇ ਉੱਦਣ ਕੀ ਰਿਜ਼ਲਟ ਨਿਕਲ ਕੇ ਆਉਂਦਾ 13 ਤਰੀਕ ਨੂੰ, ਇਹ ਆਉਣ ਵਾਲਾ ਸਮੇਂ ਦੱਸੇਗਾ। ਕਿਹਦੇ ਸਿਰ ਫਤਵਾ ਜਿੱਤਦਾ ਸਿਹਰਾ ਵੱਜਦਾ, ਇਹ ਆਉਣ ਵਾਲਾ ਸਮੇਂ ਦੱਸੇਗਾ। ਤਦ ਮੈਨੂੰ ਦਿਓ ਇਜਾਜ਼ਤ, ਧੰਨਵਾਦ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।